ਅਮਰੀਕਾ ਤੋਂ ਪੰਜਾਬ ਆਪਣੇ ਘਰ ਪਰਤ ਰਹੇ ਸ਼ਖਸ ਦੀ ਮੌਤ ਹੋ ਗਈ। ਦੱਸਦੇ ਕਿ ਭਿਆਨਕ ਸੜਕੀ ਹਾਦਸੇ ਦੇ ਵਿੱਚ ਸਤਵੰਤ ਸਿੰਘ ਨੇ ਦਮ ਤੋੜਿਆ, ਚਾਈ ਚਾਈ ਆਪਣੇ ਘਰ ਜਾ ਰਿਹਾ ਸੀ ਔਰ ਉਸਦਾ ਬੇਟਾ ਦਿੱਲੀ ਏਅਰਪੋਰਟ ਤੋਂ ਉਸਨੂੰ ਲੈ ਕੇ ਆ ਰਿਹਾ ਸੀ। ਰਸਤੇ ਦੇ ਵਿੱਚ ਬੇਕਾਬੂ ਹੋ ਕੇ ਕਾਰ ਟਰੱਕ ਦੇ ਵਿੱਚ ਵੱਜੀ ਤੇ ਮੌਕੇ ਤੇ NRI ਸਤਵੰਤ ਸਿੰਘ ਦੀ ਮੌਤ ਹੋਈ ਹੈ। ਫਤਿਹਗੜ੍ਹ ਸਾਹਿਬ ਦੇ ਮਾਧੋਪੁਰ ਬ੍ਰਿਜ ਦੇ ਕੋਲ ਇਹ ਭਿਆਨਕ ਹਾਦਸਾ ਹੋਇਆ। NRI ਸਤਵੰਤ ਸਿੰਘ ਜੋ ਕਿ ਆਪਣੇ ਘਰ ਅਮਰੀਕਾ ਤੋਂ ਪਰਤ ਕੇ ਆ ਰਿਹਾ ਸੀ ਉਸਦੀ ਮੌਤ ਹੋਈ ਹੈ। ਤਾਂ ਦੱਸਦੇ ਕਿ ਮ੍ਰਿਤਕ ਦੇ ਪੁੱਤਰ ਦੇ ਮੁਤਾਬਿਕ ਅਮਰੀਕਾ ਤੋਂ ਉਸਦੇ ਪਿਤਾ ਨੇ ਆਉਣਾ ਸੀ, ਜਿਸ ਨੂੰ ਦਿੱਲੀ ਏਅਰਪੋਰਟ ਤੋਂ ਆਉਣ ਦੇ ਲਈ ਸੰਦੀਪ ਸਿੰਘ ਦੀ ਕਾਰ ਕਿਰਾਏ ਤੇ ਲਈ ਤੇ ਉਸਦੇ ਨਾਲ ਧਨਰਾਜਵੀਰ ਸਿੰਘ ਨੂੰ ਵੀ ਦਿੱਲੀ ਏਅਰਪੋਰਟ ਲੈ ਗਏ। ਰਸਤੇ ਦੇ ਵਿੱਚ ਜਦੋਂ ਉਹ ਆਪਣੇ ਪਿਤਾ ਨੂੰ ਲੈ ਕੇ ਆ ਰਹੇ ਸੀ ਤਾਂ ਕਾਰ ਬੇਕਾਬੂ ਹੋ ਕੇ ਟਰੱਕ ਦੇ ਵਿੱਚ ਜਾ ਟਕਰਾਈ, ਜਿਸ ਦੇ ਨਾਲ ਉਸਦੇ NRI ਪਿਤਾ ਸਤਵੰਤ ਸਿੰਘ ਦੀ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਦੇ ਵੱਲੋਂ ਕਾਰ ਦੇ ਡਰਾਈਵਰ ਸੰਦੀਪ ਸਿੰਘ ਤੇ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸੋ NRI ਅਮਰੀਕਾ ਤੋਂ ਕਈ ਸਾਲਾਂ ਬਾਅਦ ਆਪਣੇ ਘਰ ਜਾ ਰਿਹਾ ਸੀ, ਉਸਦਾ ਬੇਟਾ ਏਅਰਪੋਰਟ ਤੇ ਪਹੁੰਚਿਆ, ਆਪਣੇ ਪਿਤਾ ਨੂੰ ਨਾਲ ਲੈ ਕੇ ਘਰ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਫਤਿਹਗੜ੍ਹ ਸਾਹਿਬ ਦੇ ਮਾਧੋਪੁਰ ਬ੍ਰਿਜ ਦੇ ਕੋਲ ਖੜੇ ਟਰੱਕ ਦੇ ਵਿੱਚ ਕਾਰ ਜਾ ਟਕਰਾਈ, ਜਿਸ ਦੇ ਨਾਲ NRI ਸਤਵੰਤ ਸਿੰਘ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਦੇ ਵੱਲੋਂ ਕਾਰ ਦੇ ਡਰਾਈਵਰ ਸੰਦੀਪ ਸਿੰਘ ਤੇ ਪਰਚਾ ਦਰਜ ਕਰਕੇ ਉਸ ਤੇ ਕਾਰਵਾਈ ਆਰੰਭ ਦਿੱਤੀ। ਦੋ ਜਾਣੇ ਹੋਰ ਇਸ ਦੇ ਵਿੱਚ ਸਵਾਰ ਸਨ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ। ਇੱਕ ਕਾਰ ਸੀ ਦਿੱਲੀੋਂ ਆ ਰਹੇ ਸੀ NRI, ਉਹਨਾਂ ਦੀ ਕਾਰ ਦਾ ਟਰੱਕ 'ਚ ਖੜੇ ਟਰੱਕ 'ਚ ਵੱਜਣ ਕਰਕੇ ਐਕਸੀਡੈਂਟ ਹੋਇਆ ਸੀ। ਕਾਰ ਵਾਲੇ ਦੀ ਗਲਤੀ ਸੀ, ਉਹਦੇ ਖਿਲਾਫ਼ ਕਾਰਵਾਈ ਕਰ। ਕਿਹਦੀ ਮੌਤ ਹੋਈ ਆ? ਮੌਤ ਸਤਵੰਤ ਸਿੰਘ ਦੀ ਹੋਈ ਹੈ। ਕਿੱਥੇ ਦਾ ਸੀਗਾ? ਸਤਵੰਤ ਸਿੰਘ ਹੈਗਾ ਸੀ ਚੱਕ ਕਲਾਂ ਦਾ। ਠੀਕ ਹੈ, ਇਹ ਕਿੱਥੋਂ ਏਅਰਪੋਰਟ ਤੋਂ ਆ ਰਹੇ ਸੀ ਵਾਪਸ? ਹਾਂਜੀ, ਏਅਰਪੋਰਟ ਤੋਂ, ਅਮਰੀਕਾ ਤੋਂ ਆਇਆ ਸੀ ਇਹ। ਏਅਰਪੋਰਟ ਤੋਂ ਹੁਣ ਇਹਨੂੰ ਲੈਣ ਗਏ ਸੀ, ਇਹਨੇ ਦਾਖਾ ਜਾਣਾ। ਓਕੇ, ਤੇ ਕਿੰਨੇ ਕੁ ਬੰਦੇ ਜ਼ਖਮੀ ਨੇ ਇਹਦੇ ਵਿੱਚ? ਜ਼ਖਮੀ ਇਹ ਦੋ ਬੰਦੇ ਸੀ। ਕੀ ਨਾਮ ਨੇ ਉਹਦੇ? ਜੰਗ ਸਿੰਘ ਹੈ ਜੀ, ਧਨਰਾਜਵੀਰ ਸਿੰਘ। ਕੀ ਕਾਰਵਾਈ ਅਮਲ 'ਚ ਲਿਆਦੀ? ਮੁਕੱਦਮਾ ਦਰਜ ਕਰਤਾ ਜੀ, ਅਗਲੀ ਕਾਰਵਾਈ ਅਮਲ 'ਚ ਲਿਆਦੀ ਹੈ।